ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਕੋਰੋਨਾ ਵਾਇਰਸ ਲੋਕਡਾਊਨ ਕਰਫਿਊ ਕਾਰਨ ਦੇਸ਼ ਬੰਦ ਹੈ। ਮਿਹਨਤ ਮਜ਼ਦੂਰੀ ਕਰਨ ਵਾਲਾ ਹਰ ਇੱਕ ਰੋਜ਼ਗਾਰ ਵਿਅਕਤੀ ਬੇਰੋਜ਼ਗਾਰ ਹੋ ਕੇ ਆਪਣੇ ਘਰਾਂ 'ਚ ਨਜ਼ਰਬੰਦ ਬੈਠ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੁਆਰਾ ਦਿੱਤੇ ਸਹਿਯੋਗ ਨਾਲ ਆਪਣੇ ਪਰਿਵਾਰ ਦਾ ਪੇਟ ਭਰਨ ਨੂੰ ਮਜਬੂਰ ਹੈ। ਦੂਸਰੇ ਪਾਸੇ ਜ਼ਿਲ੍ਹਾ ਕਪੂਰਥਲਾ 'ਚ ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਵੱਲੋਂ ਗਰੀਬ ਵਰਗ ਦੇ ਲੋਕਾਂ ਨੂੰ ਰਾਸ਼ਨ ਸਮੱਗਰੀ ਪਹੁੰਚਾਈ ਗਈ, ਜਿਸ 'ਚ 1 ਕਿਲੋ ਖੰਡ, ਦਾਲ ਅਤੇ 1 ਛੋਟੀ ਥੈਲੀ ਆਟਾ ਸੀ, ਜਿਸ ਦੇ ਚਲਦਿਆਂ ਲੋਕਾਂ ਨੇ ਗੁਰਜੀਤ ਸਿੰਘ ਰਾਣਾ ਦੁਆਰਾ ਭੇਜੀ ਨਾ ਮਾਤਰ ਸਮੱਗਰੀ ਨੂੰ ਠੁਕਰਾ ਦਿੱਤਾ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਆਪਣਾ ਗੁੱਸਾ ਹਲਕਾ ਵਿਧਾਇਕ ਅਤੇ ਸਾਬਕਾ ਕੌਂਸਲਰ ਠਾਕੁਰ ਦਾਸ ਗਿੱਲ ਤੇ ਉਤਾਰਦੇ ਹੋਏ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸਾਬਕਾ ਕੌਂਸਲਰ ਨੇ ਖੇਤਰ ਦੇ ਗਰੀਬ ਲੋਕਾਂ ਦੇ ਨਾਲ ਅਕਾਲੀ ਭੇਦਭਾਵ ਕਰ ਨੀਲੇ ਕਾਰਡ ਕਟਵਾ ਦਿੱਤੇ, ਜਿਸ ਦੇ ਬਾਅਦ ਉਹਨਾਂ ਨਾਲ ਨਾ ਸਹਾਰਨਯੋਗ ਵਰਤਾਓ ਕੀਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮਦਦ ਦੇ ਨਾਮ ਤੇ ਕੁਝ ਨਾ ਮਾਤਰ ਸਮੱਗਰੀ ਦੇਣਾ ਗਰੀਬਾਂ ਨਾਲ ਮਜ਼ਾਕ ਕਰਨਾ ਹੈ। 19-20 ਦਿਨਾਂ ਬੀਤ ਜਾਣ ਦੇ ਬਾਅਦ ਉਹਨਾਂ ਦਾ ਹਾਲ ਚਾਲ ਪੁੱਛਣ ਪਹੁੰਚੇ ਵਿਧਾਇਕ ਨੇ ਇੰਨੇ ਦਿਨਾਂ ਤੋਂ ਬਾਅਦ ਭੇਦਭਾਵ ਤਹਿਤ ਲਿਸਟ ਤਿਆਰ ਕਰਵਾਈ ਕਿ ਕਿਹਨਾਂ ਨੂੰ ਰਾਸ਼ਨ ਦੇਣਾ ਹੈ ਤੇ ਕਿਹਨਾਂ ਨੂੰ ਨਹੀਂ। ਇਸ ਸਾਰੇ ਗੰਭੀਰ ਮਾਮਲੇ ਬਾਰੇ ਜਦੋਂ ਸਾਬਕਾ ਕੌਂਸਲਰ ਠਾਕੁਰ ਦਾਸ ਗਿੱਲ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਐਡਵੋਕੇਟ ਪਰਮਜੀਤ ਸਿੰਘ ਤੋਂ ਮੌਜੂਦਾ ਹਾਲਾਤਾਂ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕਹਿਣਾ ਸੀ, ਸੁਣੋ ਉਹਨਾਂ ਦੀ ਜਵਾਨੀ। ਸਾਡੀ ਗਲੀ ਚ ਕਿਸੇ ਘਰ ਨਹੀਂ ਦੇ ਕੇ ਗਏ ਰਾਸ਼ਨ, ਨਾ ਕਣਕ, ਨਾ ਕੁਛ ਕੁਛ ਵੀ ਨਹੀਂ ਦੇ ਕੇ ਗਏ ਸਾਨੂੰ। ਮਾੜਾ ਚਿੱਕਾ ਬੋਲ ਕੇ ਗਏ, ਗਾਲਾ ਕੱਟ ਕੇ ਗਿਆ ਉਹ ਠਾਕਰ ਪ੍ਰਧਾਨ, ਉਹਨੂੰ ਬੋਲਣਾ ਨਹੀਂ ਆਉਂਦਾ, ਉਹ ਗਾਲਾ ਕੱਟ ਕੇ ਗਿਆ ਮੈਨੂੰ। ਹੁਣ ਵੀ ਬੋਲ ਕੇ ਗਿਆ, ਕਹਿੰਦਾ ਜਾ ਜਿੱਥੇ ਜਗ੍ਹਾ ਨਹੀਂ, ਵੋਟ ਲਿਖਾ ਦੇ, ਕਹਿੰਦਾ ਮੈਨੂੰ ਕਹਿੰਦਾ ਜਾ। ਗੱਲ ਏਦਾਂ ਹੋਈ ਹੈ ਜੀ, ਜਦੋਂ ਤੋਂ ਕਲਬੂ ਲੱਗਾ, ਚਲੋ ਸਾਰੀ ਗਰੀਬ ਜਨਤਾ ਵਾ, ਕੋਈ ਵਿਧਵਾ ਔਰਤਾਂ ਵਾ, ਕੋਈ ਕਿੰਨੀਆਂ ਕਮਾਉਣ ਵਾਲੇ ਆ ਨਹੀਂ, ਜਿਨ੍ਹਾਂ ਦੇ ਕਮਾਉਣ ਵਾਲੇ ਵੀ ਆ ਉਹ ਵੀ ਇਸ ਟਾਈਮ ਸਾਰੇ ਘਰ ਹੀ ਬੈਠੇ ਆ। ਠੀਕ ਹੈ, ਇੰਨਾ ਮੋਰੇ ਆਈ ਸੀ ਵੀ ਗਰੀਬ ਆਦਮੀ ਕੋਈ ਬਾਹਰ ਨਹੀਂ ਨਿਕਲੂਗਾ, ਤੁਸੀਂ ਗਰੀਬਾਂ ਨੂੰ ਰਾਸ਼ਨ ਦਿਓ ਜਿੱਦਾਂ ਵੀ ਹੈ। ਭਾਅ ਜੀ ਪਰਮਜੀਤ ਆਇਆ ਲਾ ਸਰਫਾਂ ਤਿੱਕਰ, ਸਾਬਣ ਤਿੱਕਰ, ਤੁੜਕਿਆਂ ਤਿੱਕਰ ਸਾਰਾ ਸਮਾਨ ਦੇ ਕੇ ਗਿਆ। ਇਹਨਾਂ ਨੇ ਅੱਜ ਆਏ 20 ਦਿਨ ਹੀ, ਪਹਿਲਾਂ ਇਹਨਾਂ ਨੇ ਕੀ ਕਿਹਾ ਕੱਚੀਆਂ ਲਿਸਟਾਂ, ਫਿਰ ਇਹਨਾਂ ਕਿਹਾ ਪੱਕੀਆਂ ਲਿਸਟਾਂ, ਫਿਰ ਇਹਨਾਂ ਨੇ ਕਿਹਾ ਆਧਾਰ ਕਾਰਡ ਵੋਟਾਂ ਦੇਖਣੀਆਂ, ਫਿਰ ਇਹਨਾਂ ਕਿਹਾ ਆਧਾਰ ਕਾਰਡਾਂ ਦੇ ਨੰਬਰ ਲਿਆਓ। ਠੀਕ ਹੈ, ਸਾਰੇ ਲੈ ਗਏ ਆ ਗਰੀਬਾਂ ਕੋਲੋਂ, ਨੰਬਰ ਵੀ ਲੈ ਗਏ, ਵੋਟਾਂ ਵੀ ਲੈ ਗਏ। ਅੱਜ ਜਦੋਂ ਰਾਸ਼ਨ ਦੇਖਣ ਲੱਗੇ ਹਾਂ, ਕਣਕ ਕਿਹੜਾ ਪਹਿਲੀ ਮਿਲਣ ਲੱਗੀ ਆ, ਪਹਿਲੀ ਵਾਰੀ ਜੀ ਕਣਕ ਮਿਲਦੀ ਨੂੰ ਤਾਂ 10-15 ਸਾਲ ਹੋ ਗਏ। ਕਈਆਂ ਗਰੀਬਾਂ ਦੇ ਵਿਚਾਰਿਆਂ ਦੇ ਕਾਰਡ ਹੀ ਕੱਟਦੇ ਆ ਕਣਕ ਤੋਂ, ਤੇ ਕਈਆਂ ਨੂੰ ਕਹਿੰਦੇ ਕਣਕ ਉਹਨਾਂ ਨੂੰ ਨਹੀਂ, ਆਟਾ ਮਿਲਣਾ 5 ਕਿਲੋ ਜਿਨ੍ਹਾਂ ਦੀ ਕਣਕ ਆਈ ਹੋਈ ਆ, ਤੇ ਉਹ ਜਿਹੜਾ ਕਣਕ ਖੰਡ ਲੈ ਕੇ ਆਏ ਉਹਦੇ ਵਿੱਚ ਨਾ ਪੱਤੀ ਆ, ਜੇ ਛੋਲੇ ਲੈ ਕੇ ਆਏ ਆ ਨਾ ਮਿਰਚਾਂ ਵਾ, ਨਾ ਹਲਦੀ ਆ, ਨਾ ਲੂਣ ਆ, ਨਾ ਤੇਲ ਆ, ਉਹਦੇ ਵਿੱਚ ਕੀ ਗਰੀਬ ਆਦਮੀ ਪਾਊਗਾ, ਇਹਨਾਂ ਵੀ ਦੱਸੋ ਨਾ ਕਾਹਦੇ ਨਾਲ ਖਾਊਗਾ। ਅੱਜ ਹੋਈ ਆ ਵੀ 15-20 ਦਿਨ ਹੋ ਗਏ ਆ, ਕਦੀ ਆਧਾਰ ਕਾਰਡ ਦਾ ਨੰਬਰ ਲੈ ਜਾਂਦਾ ਸਾਡਾ ਪ੍ਰਧਾਨ ਠਾਕਰ ਪ੍ਰਧਾਨ, ਠਾਕਰ ਪ੍ਰਧਾਨ ਕਦੀ ਠਾਕਰ ਪ੍ਰਧਾਨ ਕਦੀ ਤਾਂ ਨੰਬਰ ਲੈ ਜਾਂਦਾ ਆਧਾਰ ਕਾਰਡ ਦਾ, ਕਦੀ ਵੋਟਰ ਕਾਰਡ ਦਾ, ਕਦੀ ਰਾਸ਼ਨ ਕਾਰਡ ਦਾ। ਅੱਜ 15-20 ਦਿਨ ਹੋ ਚੱਲੇ ਇਹ ਕੰਮ ਕਰਦੇ ਨੇ, ਇਹ 'ਚ ਕੋਈ ਵੋਟਾਂ ਦਾ ਮਸਲਾ ਨਹੀਂ ਆ। ਜੇ ਸਾਨੂੰ ਕਣਕ ਮਿਲਣ ਲੱਗੀ ਉਹਦੇ ਵਿੱਚੋਂ ਸਾਡਾ ਬੋਰਾ ਬੋਰਾ ਜੀਆਂ ਦੇ ਵਿੱਚੋਂ ਖਾ ਗਿਆ, 3 ਬੋਰੇ ਸਾਡੇ ਘਰ ਦੇ ਵਿੱਚੋਂ ਕੱਟੇ ਗਏ ਆ ਕਣਕ ਦੇ, ਤੇ ਪਹਿਲਾਂ ਸਾਨੂੰ ਮਿਲਦੀ, ਅੱਜ ਤੋਂ 20-25 ਸਾਲ ਹੋ ਗਏ ਕਣਕ ਮਿਲਦੀ ਨੂੰ, ਹੁਣ ਸਾਡੀ ਕਣਕ ਵੀ ਕੱਟਣ ਲੱਗ ਪਏ ਵਿੱਚੋਂ, ਇਹ ਪਤਾ ਨਹੀਂ ਹੁਣ ਸਾਨੂੰ ਕਾਹਤੋਂ ਕੱਟਣ ਲੱਗੇ, ਕਾਹਤੋਂ ਨਹੀਂ ਕੱਟਣ, ਕਈਆਂ ਦੇ ਕਾਰਡ ਕਰਦੇ। ਰਾਸ਼ਨ ਆ ਸਾਨੂੰ ਹੁਣ 25 ਦਿਨ ਹੋ ਗਏ ਅੰਦਰ ਬੈਠਿਆਂ ਨੂੰ, ਤੇ ਨਿਆਣੇ ਅੱਧੇ ਭੁੱਖੇ, ਨਿਆਣੇ ਜਦੋਂ ਕਿਤੇ ਲੰਗਰ ਕੋਈ ਲੈ ਕੇ ਆਉਂਦਾ ਨਿਆਣੇ ਭੱਜਦੇ ਬਾਹਰ ਨੂੰ, ਨਿਆਣੇ ਭੁੱਖੇ, ਫਿਰ ਕਹਿੰਦੇ ਨੇ ਮੁੱਲਾ ਨਹੀਂ ਚੰਗਾ, ਨਿਆਣੇ ਲੋਕਾਂ ਦੀਆਂ ਹੁਣ ਚੀਜ਼ਾਂ ਖੋਣ ਲੱਗ ਪੈਂਦੇ ਆ ਧੱਕੇ ਦੇ ਨਾਲ, ਜਿਹੜਾ ਕੋਈ ਲੰਗਰ ਦੇਣ ਆਉਂਦਾ। ਲੰਗਰ ਵੀ ਨਹੀਂ ਸਾਡੇ ਮੁਹੱਲੇ 'ਚ ਆਉਣ ਦਿੰਦੇ ਪ੍ਰਧਾਨ ਜਿਹੜੇ ਆ, ਇਹ ਕਹਿੰਦੇ ਲੰਗਰ ਵੀ ਨਹੀਂ ਆਉਣ ਦੇਣਾ, ਭੁੱਖੇ ਮਾਰਨ ਦੇ, ਕਹਿੰਦੇ ਮੂੰਹ ਬੰਨ ਲਓ, ਕਾਹਦੇ ਨਾਲ ਮੂੰਹ ਬੰਨ ਲਓ। ਮੁਹੱਲੇ ਨੇ ਇੱਕਾ ਕੀਤਾ ਵਾ ਜੀ ਵੀ ਇਹਦੇ ਲੰਗਰ ਖਾਣ ਨਹੀਂ ਜਾਣਾ, ਕੋਈ ਨਹੀਂ ਜਾਂਦਾ ਸਾਡੇ ਮੁਹੱਲੇ 'ਚ, ਕਹਿੰਦਾ ਲੰਗਰ ਉੱਥੇ ਖਾਣ ਆਵੋ, ਮੈਂ ਉੱਥੇ ਲਾਉਣਾ ਵਾਂ। ਉਹ ਮਾਮਲਾ ਇਸ ਤਰ੍ਹਾਂ ਸੀਗਾ ਜੀ ਵੀ ਕੁਛ ਦਿਨ ਪਹਿਲਾਂ ਜਿਹੜੀ ਨਾ ਕਣਕ ਜਿਹੜੀ ਉਹ ਮੰਡੀ ਗਈ ਸੀਗੀ 2 ਰੁਪਏ ਕਿਲੋ ਵਾਲੀ, ਜਦਕਿ ਇੱਥੇ 70% ਜਿਹੜੇ ਕਾਰਡ ਆ ਲੋਕਾਂ ਦੇ ਕੋਲ, ਜਿਹੜੇ ਆ ਉਹ ਸਮਾਰਟ ਕਾਰਡ ਜਿਹੜੇ ਆ ਕਾਂਗਰਸ ਪਾਰਟੀ ਦੇ ਉਹ ਅਸੀਂ ਦਿੱਤੇ ਆ ਕੈਪਟਨ ਸਾਹਿਬ ਨੇ, ਔਰ ਰਾਣਾ ਗੁਰਜੀਤ ਸਿੰਘ ਜੀ ਨੇ ਉਹ ਬਣਵਾਏ ਆ, ਔਰ ਉਹਨਾਂ ਦੀਆਂ ਲਿਸਟਾਂ ਮੇਰੇ ਕੋਲ ਆ। ਉਹਦੇ ਵਿੱਚ ਲੋਕਾਂ ਨੂੰ ਅਸੀਂ ਜਿਹੜੀ ਆ ਕਣਕ ਕਿਸੇ ਨੂੰ 7 ਬੋਰੇ 5 ਬੋਰੇ ਪਰ ਜੀ ਬੋਰੇ ਦੇ, ਇੱਕ ਮੈਂਬਰ ਦੇ ਹਿਸਾਬ ਨਾਲ 1 ਬੋਰਾ ਮਿਲਿਆ 6 ਮਹੀਨੇ ਦਾ, ਉਹਦੇ ਹਿਸਾਬ ਨਾਲ ਸਾਨੂੰ ਪਿੱਛੋਂ ਪਾਰਟੀ ਦੀ ਹਦਾਇਤ ਰਾਣਾ ਗੁਰਜੀਤ ਸਿੰਘ ਜੀ ਨੇ ਆਪਣੀ ਜੇਬ ਦੇ ਵਿੱਚੋਂ ਜੋ ਰਾਸ਼ਨ ਸੀ ਤੁਸੀਂ ਦੇਖ ਰਹੇ ਹੋ ਪਿਆ, ਆਟਾ ਦਾਲ 2 ਪੈਕਟ ਦਾਲ ਦੇ, 2 ਪੈਕਟ ਚੀਨੀ ਦੇ, ਸਾਡੇ ਕੋਲ ਪਿਆ 1 ਥੈਲੀ ਜਿਹੜੀ ਆਟੇ ਦੀ ਪਈ ਆ। ਇਹ ਜਿਨ੍ਹਾਂ ਲੋਕਾਂ ਨੂੰ ਕਣਕ ਮੁਹੱਈਆ ਹੋ ਚੁੱਕੀ ਸੀ ਉਹਨਾਂ ਨੂੰ ਅਸੀਂ ਦਾਲ ਅਤੇ ਖੰਡ ਦੇਣੀ ਅਤੇ ਸਾਨੂੰ ਆਰਡਰ ਹੋਇਆ ਸੀਗਾ ਰਾਣਾ ਜੀ ਗੁਰਜੀਤ ਸਿੰਘ ਵੱਲੋਂ। ਉਹ MLA ਸਾਹਿਬ ਨੇ ਆਪਣੀ ਜੇਬ ਦੇ ਵਿੱਚੋਂ ਜਿਹੜਾ ਪੈਸੇ ਉਹ ਖਰਚ ਰਿਹਾ, ਕੋਈ ਸਰਕਾਰੀ ਰਾਸ਼ਨ ਨਹੀਂ ਸਾਡੇ ਕੋਲ ਆਇਆ, ਕੋਈ ਕੈਪਟਨ ਸਾਹਿਬ ਦੀ ਇੱਥੇ ਫੋਟੋ ਨਹੀਂ ਲੱਗੀ ਹੋਈ, ਇਸ ਕਰਕੇ ਰਾਣਾ ਗੁਰਜੀਤ ਸਿੰਘ ਜੀ ਆਪਦੀ ਜੇਬ ਦੇ ਵਿੱਚ ਖਰਚ ਪੈਸਾ ਕਰ ਰਹੇ ਸੀਗੇ SC ਵਾਰਡਾਂ ਦੇ ਉੱਪਰ।
भी इन लोगों को कोई तंगी नहीं होनी चाहिए क्योंकि ये लोग जोड़े आ भी गरीब बंदे कमाते तो उ खाते कुछ उत्थे शरारती अंसर आ जिन्हों का मैं ना नहीं लैना चाहता वो जो लोगों को कणक भी मिलती आ उदों भी बहुत गड़बड़ करते हैं तो जबकि उत्थे जिहड़ियां 30% लोगों ने बिजली के ट्रांसफर के उपर कुंडियां लाइया हुई वा इस करके फिर भी राणा जी उन्होंने कहते भी इन्हों कुछ नहीं कहना स्टूल कर एससी बंदे आ गरीब बंदे आ इन्हां दी वध तो वध मदद करनी चाहिए है। हुण जदों उन्हां दी टीम जिदा साडे नाल यूथ कांग्रेस दे साडे सीनियर जिहड़े करण महाजन सीगे वो अपनी ड्यूटी निभा रहे थे उन्होंने साथी ड्यूटी निभा रहे थे और कांग्रेस के वर्कर निभा रहे थे और मैं इन्हां वार्डां दा इंचार्ज जिदा राय कमला हैगा सुंदर नगर आ प्रीत सुंदर नगर आ बकरखाना मसीत आ शिव कलोनी आ कैप्टन सामन सिंह कलोनी आ बाबा ज्ञाना जी के डेरे आ इन्हां दे मैं इंचार्ज वां इत्थे ये हलका इंचार्ज वां तो इस करके मेरी ड्यूटी बनती सी मेरे नाल मेरी सपोर्ट के वास्ते यूथ कांग्रेस के साथी ते नाल करण महाजन जी जो नुमाइंदे आ यूथ कांग्रेस के कपूरथले के उन्होंने साढ़े नाल लाया सीगा वो कुछ शरारती अंसर हैगे आ जिहड़ा रासड़ा असी 80% बन चुके हैं 80% बन चुके हैं 20% जिहड़े लोग सीगे उन्होंने भड़का दिता कुछ शरारती अंसर आ कुछ म्युनिसिपैलिटी के उत्थे मुलाजम आ उन्हों का मैं ना नहीं लैना चाहता क्योंकि जिहड़ा करोना वा करोना वायरस की बीमारी आ एक महामारी आ। कपूरथला तो नरेश खोसला की रिपोर्ट देख रहे हो सांझ टीवी न्यूज़ पोर्टल।